ਤੁਹਾਨੂੰ ਇੱਕ ਸੀਨ ਦਿਖਾਉਣਾ ਸੀ, ਸਿਰਫ ਘਰ ਆ ਗਿਆ ਮੈਂ। ਘਰ ਆ ਕੇ ਤੁਹਾਨੂੰ ਇੱਕ ਸੀਨ ਦਿਖਾਉਣਾ, ਐਸਾ ਸੀਨ ਹੈ ਕਿ ਤੁਸੀਂ ਖੁਦ ਯਾਦ ਰੱਖੋ ਕਿ ਵਾਕਈ ਯਾਰ ਇਹ ਸੀਨ ਹੈ ਆ। ਇੱਕ ਮਿੰਟ, ਬੱਦਲ ਤੇ ਆ ਗਿਆ ਓਏ, ਆ ਦੇ ਬਾਰਿਸ਼, ਹੈਂ ਕਾਲਾ ਸਿਆਹ ਬੱਦਲ ਹੈ। ਮੈਂ ਛੱਤ ਤੇ ਆਇਆ, ਛੱਤ ਤੇ ਆ ਕੇ ਤੁਹਾਨੂੰ ਵਾਓ ਵਾਓ, ਬਹੁਤ ਜ਼ਿਆਦਾ ਬੱਦਲ ਆ ਗਿਆ ਤੁਹਾਡੇ ਸਾਹਮਣੇ ਹੀ ਆ ਪਿਛਲੀ ਸਾਈਡ 'ਤੇ, ਅਤੇ ਹਵਾ ਤੇ ਹਨੇਰੀ ਚੱਲਦੀ ਪਈ ਆ, ਅਖੀਰ ਬਹੁਤ ਹੀ ਤੇਜ਼ ਬੱਦਲ। ਇਹ ਦੇਖੋ ਅੱਧਾ ਬੱਦਲ, ਜਿੰਨੀ ਜਿੰਨੀ ਜਗ੍ਹਾ 'ਤੇ ਬੱਦਲ ਹੈ, ਇਹ ਦੇਖੋ ਇੰਨੀ ਇੰਨੀ ਜਗ੍ਹਾ 'ਤੇ ਬੱਦਲ, ਬੱਦਲ ਵੀ ਸਹੀ ਕਾਲਾ ਸਿਆਹ ਆ। ਕਰ ਬਾਬੇ ਚੈੱਕ ਕਰ, ਸੀਨ ਚੈੱਕ ਕਰ ਬਾਕੀ ਸਾਰੀਆਂ ਗੱਲਾਂ। ਇਹ ਦੇਖੋ ਬਾਰਿਸ਼ ਤੇਜ਼, ਫਾਸਟ ਫਾਸਟ ਫੁੱਲ ਫਾਸਟ, ਓਏ ਬਾਰਿਸ਼ ਕਿੰਨੀ ਤੇਜ਼ ਹੋ ਗਈ। ਇਹ ਦੇਖੋ ਬਾਰਿਸ਼, ਬਾਰਿਸ਼ ਨੇ ਅਖੀਰ ਕਰ ਦਿੱਤਾ, ਅਖੀਰ ਬਾਰਿਸ਼ ਆ, ਅਖੀਰ ਬਾਰਿਸ਼ ਤਕਰੀਬਨ ਮੇਰੇ ਅੰਦਰ। ਓਏ ਓਏ ਗੇਟ ਖੋਲ ਦੋ ਸਾਰਾ, ਉਹ ਖੋਲਦੇ ਖੋਲਦੇ ਗੇਟ ਖੋਲਦੇ। ਬਾਰਿਸ਼ ਪੈਣ ਤੋਂ ਬਾਅਦ ਧੁੱਪ ਨਿਕਲੀ ਆ, ਅਤੇ ਤੁਹਾਡੇ ਸਾਹਮਣੇ ਹੀ ਆ ਕਿ ਹੱਦ ਤੋਂ ਜ਼ਿਆਦਾ ਧੁੱਪ ਨਿਕਲੀ ਆ, ਅਤੇ ਚੁੱਭਦੀ ਵੀ ਇੰਨੀ ਕੁ ਪਈ ਆ, ਫਿਰ ਇਹ ਨਹੀਂ ਗੱਲ ਦੋ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਅੱਲਾਹ ਦੇ ਫਜ਼ਲ ਕਰਮ ਨਾਲ ਅੱਜ ਦਾ ਵਲੋਗ ਕਰਨੇ ਜੀ ਸ਼ੁਰੂ। ਅਗਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੁਕਰੀਆ। ਸੁਬਹ ਸੁਬਹ ਮੈਂ ਸਭ ਤੋਂ ਪਹਿਲੇ ਟਰੈਕਟਰ ਲੈ ਕੇ ਆਪਣੀ ਪੈਲੀ ਵਾਹੀ ਆ, ਤਕਰੀਬਨ 2 ਕਿੱਲੇ, ਉਸ ਤੋਂ ਬਾਅਦ ਡੰਗਰ ਲਿਆ ਕੇ ਇੱਥੇ ਬੰਨੇ ਨਾ। ਟਰੈਕਟਰ ਦਾ ਤਾਂ ਮੈਂ ਸ਼ੇਅਰ ਨਹੀਂ ਕਰ ਸਕਿਆ ਤੁਹਾਡੇ ਨਾਲ, ਕਿਉਂਕਿ ਵਲੋਗ ਮੈਂ ਥੋੜ੍ਹੀ ਲੇਟ ਹੋਣ ਸ਼ੁਰੂ ਕੀਤਾ, ਡੰਗਰ ਵੀ ਬੰਨ ਕੇ ਫਿਰ ਵਲੋਗ ਸ਼ੁਰੂ ਕੀਤਾ, ਅਤੇ ਬਕਾਇਆ ਅੱਜ ਮੇਰਾ ਵਲੋਗ ਐਂਡ ਤੱਕ ਦੇਖੋ। ਅਗਰ ਵਲੋਗ ਪਸੰਦ ਆਏਗਾ ਵਲੋਗ ਨੂੰ ਜ਼ਰੂਰ ਲਾਈਕ ਕਰਿਓ। ਉਹ ਤੈਨੂੰ ਉੱਧਰੋਂ ਮੋੜਿਆ, ਹੁਣ ਤੁਸੀਂ ਉੱਤੇ ਚੜ੍ਹਨ ਲੱਗ ਪਏ ਹੋ, ਹੈਂ ਡੰਗਰ ਬੰਨ ਕੇ ਤਾਂ ਫਾਰਗ ਹੋਏ ਹੀ ਹਾਂ, ਅਤੇ ਹੁਣ ਚੱਲਾਂ ਮੈਂ ਆਪਣੀ ਫਸਲ ਦੇ ਵਿੱਚ, ਮੂੰਜੀ ਦੇ ਵਿੱਚ ਖਾਦ ਪਾਉਣ ਵਾਸਤੇ, ਅਤੇ ਖਾਦ ਪਾ ਕੇ ਉਸ ਤੋਂ ਬਾਅਦ ਦੇਖੋ ਕਿਹੜਾ ਕੰਮ ਨਿਕਲਦਾ। ਇਸੇ ਤਰ੍ਹਾਂ ਤੁਹਾਨੂੰ ਅੱਜ ਪੂਰਾ ਟੋਟਲ ਆਪਣੀ ਰੂਟੀਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ, ਨਾਲੇ ਤੁਹਾਨੂੰ ਦੱਸਾਂਗੇ ਕਿ ਪਿੰਡਾਂ ਵਾਲੇ ਕਿਹੜੇ ਹੁੰਦੇ ਨੇ। ਇਹ ਆ ਕੀ ਕਰਨ ਦੇ ਉਹ ਤੁਸੀਂ, ਆ ਤਿੰਨੇ ਬੋਰੀਆਂ ਇਕੱਠੀ ਕਰਨੀਆਂ। ਚੱਲ ਆ ਕਾਮਰਾਨ ਜੋਗੀ ਰਹਿਣ ਦੇ ਉਹਦੇ ਵਿੱਚ, ਤਿੰਨੇ ਇੱਕੋ ਜਿਹੀਆਂ ਕਰ। ਖਾਦ ਪਾ ਕੇ ਤੇ ਅਸੀਂ ਆ ਗਏ ਹਾਂ, ਤੇ ਗਰਮੀ ਇੰਨੀ ਹੈ, ਅਖੀਰ ਹੋ ਗਿਆ। ਦੇਖੋ ਤੁਸੀਂ, ਤੁਹਾਡੇ ਸਾਹਮਣੇ ਹੀ ਮੇਰੇ ਸਾਰੇ ਕੱਪੜੇ ਇਸ ਟਾਈਮ ਗਿੱਲੇ ਹੋਏ ਦੇ ਨੇ, ਅਤੇ ਤੁਹਾਨੂੰ ਇੱਕ ਸੀਨ ਦਿਖਾਉਣਾ ਸੀ, ਸਿਰਫ ਘਰ ਆ ਗਿਆ ਮੈਂ। ਘਰ ਆ ਕੇ ਤੁਹਾਨੂੰ ਇੱਕ ਸੀਨ ਦਿਖਾਉਣਾ, ਐਸਾ ਸੀਨ ਹੈ ਕਿ ਤੁਸੀਂ ਖੁਦ ਯਾਦ ਰੱਖੋ ਕਿ ਵਾਕਈ ਯਾਰ ਇਹ ਸੀਨ ਹੈ ਆ। ਇੱਕ ਮਿੰਟ, ਇਹ ਸੀਨ ਚੈੱਕ ਕਰੋ, ਬੱਦਲ ਮਤਲਬ ਕਿ ਠੀਕ, ਮੈਨੂੰ ਉਮੀਦ ਹੈ ਕਿ ਠੀਕ ਇੱਕ ਘੰਟੇ ਬਾਅਦ, ਇੱਕ ਘੰਟਾ ਨਹੀਂ ਅੱਧੇ ਘੰਟੇ ਤੋਂ ਬਾਅਦ ਬਾਰਿਸ਼, ਜਿੰਨੀ ਕਹੋ ਉਨੀ ਬਾਰਿਸ਼ ਆਏਗੀ ਇਨਸ਼ਾਅੱਲਾ, ਅਤੇ ਬਾਰਿਸ਼ ਦੀ ਵੈਸੇ ਵੀ ਜ਼ਰੂਰਤ ਹੈ। ਦੇਖੋ ਤੁਹਾਡੇ ਸਾਹਮਣੇ ਬਾਹਰ ਦਾ ਸੀਨ, ਸਾਡੇ ਘਰੋਂ ਇਹ ਸਾਡੇ ਘਰ ਦਾ ਸੀਨ। ਓਏ ਆਉਂਦੇ, ਇਹ ਸੂਣ ਵਾਲੀ ਆ ਕੁੱਤੀ, ਸਾਡੀ ਸੂਣ ਵਾਲੀ ਆ। ਇੱਕ ਮਿੰਟ ਮੈਂ ਦਿਖਾਉਂਦਾ ਤੁਹਾਨੂੰ ਲੱਗ ਜਾ ਕੇ, ਕੁੱਤੀ ਸੂਣ ਵਾਲੀ ਆ, ਇਹਨੂੰ ਹੁਣ ਕੋਈ ਜਗ੍ਹਾ ਨਹੀਂ ਲੱਭਦੀ ਪਈ ਕਿ ਮੈਂ ਕਿੱਥੇ ਬੈਠ ਕੇ। ਇਹਦੇ ਕੰਨ 'ਤੇ ਵੀ ਕੁਛ ਹੋਏਦਾ ਹੈ, ਦੇਖੋ ਮੈਂ ਦੇਖਿਆ ਹੀ ਅੱਜ, ਪਤਾ ਨਹੀਂ ਆ। ਚਲੋ ਇਹਦੇ ਦਵਾਈ ਲਾਉਂਦੇ ਹਾਂ, ਚਲੋ ਵੀਡੀਓ ਬਣਾਉਣ ਦੇ ਬਹਾਨੇ ਵੀ ਪਤਾ ਲੱਗ ਗਿਆ ਕਿ ਇਹਦੇ ਕੰਨ 'ਤੇ ਕੁਛ ਹੋਏਗਾ। ਬੱਦਲ ਤੇ ਆ ਗਿਆ ਓਏ, ਇਹ ਦੇ ਬਾਰਿਸ਼, ਹੈਂ ਕਾਲਾ ਸਿਆਹ ਬੱਦਲ ਹੈ। ਤੁਸੀਂ ਮੇਰੇ ਪਿੱਛੇ ਦੇਖਦੇ ਪਏ ਹੋ, ਬੱਦਲ ਕਾਲਾ ਸਿਆਹ ਬੱਦਲ ਹੋ ਗਿਆ, ਅਤੇ ਮੈਨੂੰ ਉਮੀਦ ਹੈ ਸਿਰਫ 15 ਮਿੰਟਾਂ ਤੋਂ ਬਾਅਦ ਜਿਹੜੀ ਹੈ ਨਾ ਬਾਰਿਸ਼ ਆਏਗੀ ਫੁੱਲ ਜ਼ੋਰ ਨਾਲ। ਇਹ ਵਲੋਗ ਮੇਰਾ ਡੇਲੀ ਰੂਟੀਨ 'ਤੇ ਹੋਣਾ ਸੀ, ਪਰ ਇਹ ਵਲੋਗ ਹੁਣ ਮੈਂ ਬਿਲਕੁਲ ਕਨਵਰਟ ਕਰ ਛੱਡਿਆ ਬਾਰਿਸ਼ 'ਤੇ, ਕਿ ਅਗਰ ਬਾਰਿਸ਼ ਆਈ ਤਾਂ ਫਿਰ ਬਾਰਿਸ਼ 'ਤੇ ਹੋਏਗਾ, ਅਗਰ ਨਾ ਹੋਇਆ ਤਾਂ ਫਿਰ ਡੇਲੀ ਰੂਟੀਨ ਵੀ ਉਹੀ ਹੋਏਗੀ ਜੋ ਬਾਰਿਸ਼ ਦੇ ਵਿੱਚ ਹੀ ਡੇਲੀ ਰੂਟੀਨ ਵੀ ਹੋਏਗੀ ਇਨਸ਼ਾਅੱਲਾ। ਮੈਂ ਛੱਤ 'ਤੇ ਆਇਆ, ਛੱਤ 'ਤੇ ਆ ਕੇ ਤੁਹਾਨੂੰ ਸੀਨ ਦੇਖੋ, ਵਾਓ ਵਾਓ, ਇਹੋ ਸੀਨ ਹੈ, ਕਾਲਾ ਸਿਆਹ ਬੱਦਲ ਓਏ।
नेर शुरू हो गया, नेर ते बदल हर तरफ। ओए उन्हां नूं ना उत्ते आन दी, न्याणे नूं ना उत्ते आन दी, हवा तेज़ी है, बहुत ज्यादा बदल आ गया। तुहाडे सामने ही है पिछली साइड ते, ते हवा ते नेरी चलदी पई आ, अखीर बहुत ही तेज बदल आ गया। आ देखो मेरे पिछे पिंड दा सीन भी देखो नाले ते नाले। अज इंशाल्लाह जिहड़ा ना पूरा ही तुहानूं जिन्नी बदल पेगा जो बारिश होएगी अज तुहाडे नाल शेयर करांगा मैं। हवा चलदी पई है बहुत ज्यादा तेज। आ देखो अद्धा बदल, जिन्नी जिन्नी जगह ते बदल है, आ देखो इन्नी इन्नी जगह ते बदल है, बदल भी सही काला सिया आ। आहो उधर नूं जाण दे ना बदल, ए थले अजे बदल नहीं होया, इस जगह ते भी बदल जा रहे हैं। तो बारिश किनियां कड़ियां छोटिया छोटिया शुरू हो गई ना, तो मैं उम्मीद है ठीक पंजा सत्त मिनटां दे विच विच बारिश जिहड़ी है ना शुरू हो जाएगी। कर बाबे चेक कर, सीन चेक कर, बाकी छड़ सारियां गल्लां। हुण मैं ऐसे इंतजार दे विच आ छत ते देखो मैं बैठेगा, ऐसे इंतजार दे विच आ के बारिश आए, बारिश शुरू होए ते ब्लॉग जिहड़ा बनदी है इक तरह बनदे। अगर नहीं भी बनेगा तो मैं डेली रूटीन अज करनी है जो स्टार्टिंग ते मैं शुरू कीता सी, इंशाल्लाह फिर ओहदे मुताबिक कुछ होणा। बकरियां सारियां सारे अपने अपने घर तुर पे। ओए बारिश आ गई है, चलो थले आ गई है बारिश, आ गई है बारिश। ओ देखो कितनी तेज आ गई बारिश। ऐ देखो बारिश, बारिश तेज, फास्ट फास्ट, फुल फास्ट। ओए बारिश कितनी तेज हो गई है, बारिश बड़ी तेज हो गई। ओ बारिश बच्चे भी छाते आए थे ना नहाने दे, तो कैमरा इस टाइम फिलहाल जड़ा ना उदे तो पानी पै रहा, तो यह देखो तुहाडे सामने ही है कि बारिश हर तरफ बारिश शुरू हो गई, बारिश शुरू हो गई, होगी होगी शुरू। यह देखो पानी दे विच किस तरह जा रहा। तो मैं फिलहाल हुण थले चला, थले चल के तुहानू अपने अगले सीन का सीन दिखाने थोड़ी जी, क्योंकि छत ते ही मैं, छत ते बहुत तेज़ बारिश हो गई, मोबाइल मेरा सारा गिला हो गया। बारिश हुए कसम अखीर बारिश है, हैं अज पैर छल पैना झोई आ जानी अच्छ। ऐ देखो बारिश, बारिश ने अखीर कर दिता है, अखीर बारिश है, अखीर बारिश तकरीबन मेरे अंदाजे ना। ओए ओए गेट खोल दो सारा, ओ खोल दे गेट खोल दे, उत्तों बजे दा आया फोन, मैं गेट खोल के आया क्योंकि हवा बड़ी तेज है, गेट ना टूट जाए। ओए गेट खोल दे, होर खोल दे, पिछे नूं कर, होर आहो ओए थले अड़ जे, बज जे जरा ताकि हिले ना। ओए तुम्हें की करदे पे हो इत्थे, आ छत दा पानी आण डदा है, हैं नहीं नहीं उत्ते नहीं जाना, हवा चलदी पई उत्ते नहीं जाना। मोटरसाइकिल जिहड़ा ना परला गेट नहीं जिहड़ा उहदी अगे करना है, हौली हौली ना फड़ के दोए जणे ते डगायो ना। लाया 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 लाया, बस ठीक है, कर दे पूरा। बाहर का सीन मैं देखिए किस तरह का है, की हिसाब है। बाहर देखो पानी हो गया हर तरफ, बारिश हजे भी बहुत तेज है। यह देखो बारिश ने किस तरह दियाँ बनाईया ने, यह सारी पानी इतों अंदरों जोड़ा अंदर का कट्ठा होता है, इतों दियाँ दियाँ थानी सारा थले नहीं गया पानी। जवेद पहलीवान गया ही, जवेद भी आ गया ट्रैक्टर लैके, यहोजी बारिश के, बारिश भी अखीर हुई है, तो मेरे ख्याल में सुहागा मारन गया ही, सुहागा मार के तो आ गया। बारिश अजे भी लगी दी है बहुत ज़्यादा, बहुत ही ज़्यादा।
हाँ किन्ने मैं कह देना फंडा हड़िया किन्ने जान दे यार बारिश जी हट गई है देखने हूँ बार की सूरत हाल है बदल नहीं हटिया बदल गरजता पे बारिश जी हजे मैं उम्मीद है कि दोबारा फिर आएगी एक बार तो थोड़े सामने ही है बारिश ने निसल कर छड़ियाँ पैलियाँ फुल हो गई बाहर देखो उन्हें हजे थोड़ी देर पहले बिल्कुल साफ ही कोई पानी नहीं सी किसी पैली हूँ देखो देखो उन्हें थोड़ी देर तक देखियो फिर दोबारा बारिश आने वाली है देखो पानी पानी हर पास है क्यों आवाज़ तो आती है कि बदल दे गरजन की अजे बड़ा बदल गरजता पे बारिश मैं उम्मीद है कि होर आएगी क्योंकि बदल हजे घुले तुहाडे सामने ही है जो भी एहोजा बदल हो बारिश जरूर आती है बारिश पैन तो बाद धुप निकली है तो तुहाडे सामने ही है कि हद तो ज़्यादा धुप निकली है तो चुभदी भी इन्नी क पई है करे नहीं गल दो ते उम्मीद अज का व्लाग तुहानू पसंद आया अगर पसंद आया तो व्लाग नू वीडियो नू लाइक कर दिओ ते चैनल नू सबसक्राइब कर दिओ मिलने तुहानू नैक्सट व्लाग दे विच अल्लाह हाफिज़ तो देख लो तुहाडे सामने धुप किन्नी निकल आई है बारिश तो बाद।